ਅਗਲੀ ਗੱਲ ਕਰੀਏ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਯੂਨਾਈਟਿਡ ਨੇਸ਼ਨ ਦਾ, ਜਿਹੜਾ ਉਹਨਾਂ ਦੇ ਜੱਜਿਸ ਆ, ਉਹਨਾਂ ਨੇ ਰਾਫਾ ਗਾਜ਼ਾ ਦੇ ਵਿੱਚ ਇਜ਼ਰਾਈਲ ਨੂੰ ਜਿਹੜਾ ਆਪਣਾ ਅਫੈਂਸਿਵ ਆ, ਜੋ ਇਸ ਟਾਈਮ ਉਹਨਾਂ ਨੇ ਹਮਲੇ ਉੱਥੇ ਤੇਜ਼ ਕੀਤੇ ਆ, ਉਸ ਨੂੰ ਰੋਕਣ ਦੇ ਲਈ ਆਖਿਆ ਹੈਗਾ ਆ। ਕਹਿੰਦੇ ਵੀ ਇਹ ਜਿਹੜੀ ਨਵੀਂ ਰੂਲਿੰਗ ਹੁਣੇ ਹੁਣੇ ਆਈ ਆ, ਇਹ ਯੂਨਾਈਟਿਡ ਨੇਸ਼ਨਸ ਦਾ ਟੌਪ ਦਾ ਕੋਰਟ ਆ ਜਿਹੜਾ ਹੇਗ ਦੇ ਵਿੱਚ ਸਥਿਤ ਆ, ਉੱਥੇ ਦੇ ਜਿਹੜੇ ਜੱਜਿਸ ਆ ਉਹਨਾਂ ਨੇ ਕਿਹਾ ਆ ਵੀ ਜਿਹੜਾ ਮਿਲਟਰੀ ਅਸੋਲਟ ਇਸ ਟਾਈਮ ਰਾਫਾ ਦੇ ਵਿੱਚ ਹੋ ਰਿਹਾ ਉਸਨੂੰ ਰੋਕਿਆ ਜਿਹੜਾ ਉਹ ਜਾਵੇ। ਜਿਹੜੇ ਕਹਿੰਦੇ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਾਂ ਜਿਸ ਨੂੰ ਵਰਲਡ ਕੋਰਟ ਵੀ ਆਖ ਦਿੱਤੇ ਜਾਂਦਾ ਆ, ਉਸ ਦੇ ਬਾਡੀ ਦੇ ਪ੍ਰੈਜੀਡੈਂਟ ਨਵਾਫ ਸਲਾਮ ਨੇ ਜਿਹੜੀ ਰੂਲਿੰਗ ਆ ਇਸ ਨੂੰ ਸੁਣਾਇਆ ਜਿਹੜਾ ਉਹ ਸੀਗਾ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਮੈਜਰਸ ਆ ਉਹ ਆਰਡਰ ਕੀਤੇ ਗਏ ਆ। ਇਸ ਤੋਂ ਪਹਿਲਾਂ ਮਾਰਚ ਮਹੀਨੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਆਰਡਰਸ ਜਿਹੜੇ ਆ ਉਹ ਕੀਤੇ ਗਏ ਸੀਗੇ, ਪਰ ਆਪਾਂ ਨੂੰ ਪਤਾ ਹੀ ਆ ਵੀ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਹੁੰਦਾ ਰਿਹਾ ਆ। ਇਹ ਵੀ ਜਿਹੜਾ ਦੱਸਦੇ ਜਾਈਏ, ਹੇਗ ਵਰਗੇ ਜਿਹੜੇ ਇੰਟਰਨੈਸ਼ਨਲ ਜਿਹੜੇ ਇਹ ਕੋਰਟ ਨੇ, ਕੋਰਟ ਆਫ ਜਸਟਿਸ ਆ, ਇਸ ਦੇ ਵਿੱਚ ਹੋਰ ਵੀ ਕਈ ਲੋਕਾਂ ਦੇ ਵਾਰ ਕ੍ਰਾਈਮ, ਕਈ ਜਿਹੜੇ ਆਟੋਕ੍ਰੈਟਸ ਅਤੇ ਹੋਰ ਉੱਥੇ ਜਿਹੜੇ ਆ ਐਲਾਨ ਹੁੰਦੇ ਰਹੇ ਆ, ਉੱਥੇ ਸਜ਼ਾ ਉਹਨਾਂ ਨੂੰ ਸੁਣਾਈ ਜਾਂਦੀ ਰਹੀ ਆ। ਜਿਹੜਾ ਸਾਊਥ ਅਫਰੀਕਾ ਦੇ ਦੁਆਰਾ ਇਸ ਅਦਾਲਤ ਦੇ ਵਿੱਚ ਹਿਊਮੈਨਿਟੀ ਦੇ ਉਲਟ ਜੁਰਮਾਂ ਨੂੰ ਲੈ ਕੇ, ਵਾਰ ਅਗੇਂਸਟ ਹਿਊਮੈਨਿਟੀਜ਼ ਅਤੇ ਅਜਿਹੀਆਂ ਜਿਹੜੀਆਂ ਹੋਰ ਧਾਰਾਵਾਂ ਨੂੰ ਲੈ ਕੇ ਇਜ਼ਰਾਈਲ ਦੇ ਉਲਟ ਕੇਸ ਲਿਆਂਦਾ ਗਿਆ ਹੈਗਾ ਆ। 15 ਜੱਜਾਂ ਦਾ ਇਹ ਬੈਂਚ ਹੈਗਾ ਆ, ਅਤੇ ਉੱਥੇ ਜਿਹੜਾ ਉਹ ਦੱਸਿਆ ਵੀ ਕਹਿੰਦੇ 15 ਚੋਂ 13 ਜੱਜਿਸ ਇਹ ਮੰਨਦੇ ਆ ਵੀ ਇਜ਼ਰਾਈਲ ਨੂੰ ਆਪਣਾ ਜਿਹੜਾ ਇਹ ਅਸੋਲਟ ਆ, ਜੋ ਇਹ ਹਮਲਾ ਆ, ਉਹ ਬੰਦ ਕਰ ਦੇਣਾ ਚਾਹੀਦਾ ਆ। 8 ਲੱਖ ਤੋਂ ਵੱਧ ਲੋਕ ਕਹਿੰਦੇ ਇਕੱਲੇ ਇਸ ਮੌਕੇ ਰਾਫਾ ਦੇ ਵਿੱਚ ਉਹ ਬੇਘਰੇ ਹੋ ਚੁੱਕੇ ਆ, ਡਿਸਪਲੇਸ ਹੋ ਚੁੱਕੇ ਆ। ਹਿਊਮੈਨੀਟੇਰੀਅਨ ਐਕਸੈਸ ਅਤੇ ਸੇਫਟੀ ਉਹਨਾਂ ਲੋਕਾਂ ਦੇ ਲਈ ਜਿਹੜੀ ਲੈ ਕੇ ਆਉਣੀ ਉਹ ਬੜੀ ਔਖੀ ਬਣੀ ਪਈ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਇਜ਼ਰਾਈਲ ਨੇ ਕਿਹਾ ਵੀ ਅਸੀਂ ਤਾਂ ਸਿਰਫ ਆਪਣੀ ਰੱਖਿਆ ਦੇ ਖਾਤਰ ਹਮਾਸ ਦੇ ਉਲਟ ਇਹ ਜਿਹੜੇ ਹਮਲੇ ਕਰ ਰਹੇ ਹਾਂ, ਆਮ ਲੋਕਾਂ ਨੂੰ ਅਸੀਂ ਨਿਸ਼ਾਨਾ ਜਿਹੜਾ ਆ ਉਹ ਨਹੀਂ ਬਣਾ ਰਹੇ ਹੈਗੇ। ਉਹਨਾਂ ਨੇ ਕਿਹਾ ਵੀ ਅਸੀਂ ਇਹ ਹਮਲੇ ਵੀ ਤਾਂ ਹੀ ਸ਼ੁਰੂ ਕੀਤੇ ਸੀ ਕਿਉਂਕਿ 7 ਅਕਤੂਬਰ ਨੂੰ ਹਮਾਸ ਦੇ ਦੁਆਰਾ ਇਜ਼ਰਾਈਲ ਵਿੱਚ ਇੱਕ ਵੱਡਾ ਹਮਲਾ ਕਰਕੇ 1200 ਤੋਂ ਵੱਧ ਲੋਕਾਂ ਨੂੰ ਮਾਰਿਆ ਗਿਆ ਸੀਗਾ। ਸੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਦੁਆਰਾ ਇਹ ਹੁਣ ਰੂਲਿੰਗ ਕਰਨੀ ਵੀ ਆਪਣੀ ਅਫੈਂਸਿਵ ਨੂੰ ਰੋਕੋ, ਦੇਖਦੇ ਹਾਂ ਵੀ ਇਜ਼ਰਾਈਲ ਇਸ ਨੂੰ ਮੰਨਦਾ ਆ ਜਾਂ ਨਹੀਂ। ਜੀ ਬਿਲਕੁਲ, ਪੈਲਸਤੀਨੀਅਨ ਅਥਾਰਟੀ ਨੇ ਵੈਲਕਮ ਕੀਤਾ ਹੈ ਇਸ ਡਿਸੀਜ਼ਨ ਦਾ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੱਲੋਂ ਆਇਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਡਿਸੀਜ਼ਨ ਆਇਆ ਇਹ ਇੰਟਰਨੈਸ਼ਨਲ ਕੰਸੈਂਸਸ ਆ, ਸਾਰੇ ਦੁਨੀਆ ਦੇ ਮੁਲਕਾਂ ਜਿਹੜੇ ਆ ਉਹ ਇਹੀ ਸੋਚਦੇ ਹੈਗੇ ਆ ਵੀ ਇਸ ਜੰਗ ਨੂੰ ਇਮੀਡੀਏਟਲੀ ਜਿਹੜਾ ਆ ਬੰਦ ਕੀਤਾ ਜਾਵੇ। ਪੈਲਸਤੀਨੀਅਨ ਪ੍ਰੈਜੀਡੈਂਟ ਦੇ ਸਪੋਕਸਮੈਨ ਨਵੀਲ ਅਬੂ ਰੁਦੈਨ ਉਹਨਾਂ ਨੇ ਰਿਊਟਰਸ ਜਿਹੜੇ ਆ ਉਹਨਾਂ ਨੂੰ ਦੱਸਿਆ ਹੈਗਾ। ਰੂਲਿੰਗ ਤੋਂ ਬਾਅਦ ਇਜ਼ਰਾਈਲ ਦੇ ਫਾਈਨੈਂਸ ਮਿਨਿਸਟਰ ਬਾਜ਼ਲੇਲ ਸਮੋਟਰਿਚ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਵੀ ਜਿਹੜੀ ਇਜ਼ਰਾਈਲ ਆ ਮੁਲਕ ਆ ਉਹ ਆਪਣੀ ਐਗਜ਼ਿਸਟਿੰਗ ਦੇ ਲਈ ਲੜ ਰਿਹਾ ਹੈਗਾ, ਤੇ ਜਿਹੜੇ ਲੋਕ ਮੰਗ ਰਹੇ ਆ ਵੀ ਇਜ਼ਰਾਈਲ ਨੂੰ ਸਟੋਪ ਕਰ ਦੇਣਾ ਚਾਹੀਦਾ ਤੇ ਉਹ ਸਾਡੀ ਜਿਹੜੀ ਐਗਜ਼ਿਸਟਿੰਗ ਨੂੰ ਖਤਮ ਕਰਨ ਦੇ ਲਈ ਕਹਿ ਰਹੇ ਹੈਗੇ ਆ। ਪਰ ਦੂਸਰੇ ਪਾਸੇ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਜ਼ਰੂਰ ਬੁਲਾਈ ਹੈਗੀ ਆ, ਕਿਉਂਕਿ ਜੇ ਦੁਨੀਆਂ ਦੇ ਸਾਰੇ ਮੁਲਕ ਇੱਕ ਪਾਸੇ ਆ ਤੇ ਕਿੰਨਾ ਚਿਰ ਜਿਹੜਾ ਤੁਸੀਂ ਉਹ ਉਹਨਾਂ ਦੇ ਨਾਲ ਫਾਈਟ ਜਿਹੜਾ
ਕਰ ਸਕਦੇ ਹੈਗੇ ਆ। ਸੋ ਡਿਪਲੋਮੈਟਿਕ ਸੋਰਸਿਸ ਇਹ ਕਹਿ ਰਹੇ ਆ ਵੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਐਮਰਜੈਂਸੀ ਮੀਟਿੰਗ ਬੁਲਾਉਣ ਜਾ ਰਹੇ ਹੈਗੇ ਆ ਆਪਣੀ ਗਵਰਨਮੈਂਟ। ਜੀ ਬਿਲਕੁਲ।